ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਹਾਂ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਲੱਗੀ ਵੀ ਘੰਟੀ 'ਤੇ ਬਟਨ ਦਬਾਓ ਤਾਂ ਕਿ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਸਭ ਤੋਂ ਪਹਿਲੇ ਤਾਂ ਬਸ ਆਣੀ ਪਹੁੰਚ ਸਕੇ। ਜਨਾਬ, ਅੱਜ ਅਸੀਂ ਅਨਮੋਲ ਚੈਨਲ 'ਤੇ ਇੱਕ ਦੂਜੇ ਜੋਟੀ ਦੀ ਵੀਡੀਓ ਲੈ ਕੇ ਆ ਰਹੇ ਹਾਂ। ਤੁਸੀਂ ਦੱਸੋ ਜਨਾਬ, ਜੋਟੀਆਂ ਸੁਣਾ ਮਾਸ਼ਾਅੱਲਾ, ਚੈੱਕ ਕਰੋ ਜੀ ਪੂਰਾ ਜਨਾਬ ਥੱਬੇ ਦਾ ਜਨਾਬ ਜੋਟੀ ਕੋਲ ਆਵਾਨਾ ਹੈ। ਐਵੇਂ ਗੱਲਾਂ ਨਾਲ ਨਹੀਂ ਜਨਾਬ, ਪੂਰਾ ਥੱਬੇ ਦਾ ਜਨਾਬ ਆਵਾਨਾ ਜੋਟੀ ਕੋਲ। ਔਰ ਥਣਾ ਦੀ ਵਿਰਲਾਂ ਚੈੱਕ ਕਰੋ ਮਾਸ਼ਾਅੱਲਾ, ਪੂਰੀ ਬਾਜੀ ਨੇ ਗੇਟ ਗੱਡੀ ਵਿਰਲ ਹੈ ਜਨਾਬ, ਤਸੱਲੀਆਂ ਕਰੋ ਮਾਸ਼ਾਅੱਲਾ। ਜਿਹੜੇ ਕਮੈਂਟ ਨੇ ਉਹ ਜਨਾਬ ਲਾਜ਼ਮੀ ਕਰਨੇ ਨੇ, ਬਾਕੀ ਤਸੱਲੀਆਂ ਕਰੋ ਜੀ। ਪੂਰਾ ਜਨਾਬ ਥੱਬੇ ਦਾ ਜਨਾਬ ਚੱਡਾ ਜੋਟੀ ਕੋਲ। ਅਤੇ ਜੈਨ ਮਣ ਕਿਨਵਾ ਸੁਭਾਅ ਸੋਹਣਾ ਬਾਈ, ਦੂਜਾ ਬਾਈ, ਦੂਸਰਾ ਵਾਰਾ ਜਨਾਬ ਇਸ ਜੋਟੀ ਨੇ ਸੋਹਣਾ। ਔਰ ਕਿੰਨੇ ਕੁ ਦਿਨ ਲੈਂਦੀ ਸਮਝ 'ਚੋਂ? ਜਨਾਬ ਚੈੱਕ ਕਰੋ, ਬਿਲਕੁਲ ਜ਼ਮੀਨ ਨਾਲ ਲੱਗ ਰਹੀ, ਪਿਛਲੇ ਦੋਵੇਂ ਫੁੱਲ ਧੋਤੇ ਨੇ ਕਰੋ। ਪੂਰਾ ਥੱਬੇ ਦਾ ਜਨਾਬ ਹਵਾਨਾ, ਔਰ ਕੋਈ ਜਨਾਬ ਹਵਾਨੇ ਜੀ ਕਾਣ ਛਾਣ ਨਹੀਂ, ਬਿਲਕੁਲ ਜਨਾਬ ਪੱਧਰੇ ਤੋਂ ਸਾਈਡਾਂ ਦਾ ਚੈੱਕ ਕਰੋ ਜੀ। ਔਰ ਫੁੱਟ ਫੁੱਟ ਜਨਾਬ ਹਵਾਨਾ, ਬਾਰਾ ਸੂਹ ਦਾ ਡੋਡਾ ਚੁੱਕ ਕੇ ਖੜੀ ਹੈ, ਨੀਲੀ ਦੇ ਬਟਨ ਜਨਾਬ ਮੌਜੂਦ ਨੇ। ਜੋ ਵੀ ਹਿਸਾਬ ਕਿਤਾਬ ਹੈ ਜਨਾਬ ਤੁਹਾਡੇ ਅੱਖਾਂ ਦੇ ਸਾਹਮਣੇ, ਕਦ ਕਾਠ ਬੜਾ ਵੇਲ ਬੜੀ ਜਨਾਬ ਮਾਝ ਕੋਲ, ਸਾਰਾ ਜਨਾਬ ਦਰਿਆ ਦਾ ਸਾਡਾ ਇਲਾਕਾ ਹੈ। ਚੈੱਕ ਕਰੋ ਦੋਨੀ ਕੋਲ ਜਨਾਬ ਨਿਸ਼ਾਨ ਤੱਕ ਨਹੀਂ ਹੈ, ਬਿਲਕੁਲ ਜਨਾਬ ਸਾਫ ਕੰਡ ਅਤੇ ਮੰਜਾ ਡੈਂਦਾ। ਸੁਭਾ ਜੈਨ ਮਨ ਜਨਾਬ ਜੋਟੀ ਨੇ ਦੂਸਰਾ ਸੋਹਣਾ, ਪਰ ਹਵਾਨਾ ਲੈ ਕੇ ਜਨਾਬ ਮਸੇ ਤੁਲਦੀ ਵੀ ਲੋਕੇਸ਼ਨ ਜਨਾਬ ਸੜੀ ਗਈ ਜ਼ਿਲ੍ਹਾ ਵਕਾੜਾ ਤਹਿਸੀਲ ਲਿਪਾਲਪੁਰ, ਔਰ ਅੱਗੇ ਉਜਰਾ ਸ਼ਾਮ ਕੀਮ ਜਨਾਬ ਖਾਸ ਲੋਕੇਸ਼ਨ ਹੈ। ਚੈੱਕ ਕਰੋ, ਤਸੱਲੀਆਂ ਕਰੋ ਜੀ, ਮਾਸ਼ਾਅੱਲਾ ਦੇ ਕਮੈਂਟ ਲਾਜ਼ਮੀ ਕਰਨੇ ਨੇ। ਔਰ ਬਾਕੀ ਗੱਲਬਾਤ ਜਾਰੀ ਕਰਨੇ ਆ ਸਾਰੀ ਮਾਲਕਾਂ ਦੇ ਨਾਲ, ਦੀ ਮੁਹੱਬਤ ਪਿਆਰ ਦੀ ਡਿਮਾਂਡ ਕਰਦੇ ਨੇ ਕੀ ਹਿਸਾਬ ਕਿਤਾਬ ਹੈ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਕੀ ਨਾਂ ਹੈ ਜੀ? ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ, ਮੁਹੰਮਦ ਬੂਟਾ ਸਾਹਿਬ, ਮਾਝ ਤੁਹਾਡੀ ਵਿਖਾਈ ਹੈ? ਹਾਂਜੀ। ਪਹਿਲਾਂ ਤਾਂ ਇਹ ਦੱਸੋ ਵੀ ਸੁਭਾਅ ਮਾਝ ਨੇ ਜੈਨ ਮਣ ਕਿਨਵਾ ਸੋਣਾ? ਪਹਿਲਾਂ ਦੂਜਾ ਸੋਣਾ, ਪਹਿਲਾਂ ਕਿ ਸੋਈ ਹੁਣ ਦੂਜਾ ਸੋਣਾ, ਦੂਸਰਾ ਵਾਰਾ ਜੈਨ ਮਣ ਗਰੰਟੀ ਵਾਲਾ, ਗਰੰਟੀ ਵਾਲਾ। ਠੀਕ ਹੋ ਗਿਆ। ਪਿਛਲੇ ਸੋਏ ਆਪਣੇ ਕੋਲ ਸੀ ਕਿ ਵਪਾਰ? ਆਪਣੇ ਕੋਲ, ਗਵਾਂਢੀਆਂ ਕੋਲ ਸੀ। ਗਵਾਂਢੀਆਂ ਕੋਲ ਸੀ ਤੇ ਚਵਾਈ ਚਵਾਈ ਦਾ ਪਤਾ ਹੈ ਵੀ ਕਿੰਨਾ ਕੁ ਦੁੱਧ ਚਵਾਈ? ਬਿਲਕੁਲ ਚਵਾਈ ਬਿਲਕੁਲ ਫਿੱਟ ਹੋਵੇ ਦੀ, ਕੋਈ ਛੱਟਾ ਫੋਰਾ ਨਾ ਹੋਵੇ ਦਾ, ਹਾਂ ਬਸ ਕਲੀਅਰ ਹੋਸੀ ਦੀ, ਕੋਈ ਗੰਢ ਮੰਡੋੜੀ, ਕੋਈ ਛੱਟਾ ਫੋਰ ਜਾਂ ਕਿਸੇ ਕਿਸਮ ਦਾ ਕੋਈ ਐਬ ਹੋਵੇ ਦੀ। ਠੀਕ ਹੋ ਗਿਆ। ਦੁੱਧ ਦਾ ਰਿਕਾਰਡ ਦਾ ਕੋ ਪਤਾ ਸੁਰਾ? 20 ਕਿਲੋ ਦੁੱਧ ਕਰਦੀ ਰਹੀ ਮੈਂ ਪਿਛਲੇ ਟੂਏ ਪਹਿਲੇ ਨੋ ਤੇ 20 ਕਿਲੋ। ਹਾਂਜੀ 20 ਕਿਲੋ, ਹੁਕਮ ਨਾਲ ਕਿ 30 ਕਿਲੋ ਜੋਟੀ ਦੁੱਧ ਕਰ। ਨਹੀਂ ਨਹੀਂ 20 30 ਤੂੰ ਨਾ ਜਾ, ਚਲੋ 14 15 ਹੀ ਕਰ ਜਾ, ਤੇ ਬੜੀ ਗੱਲ। ਅੱਲਾ ਦੇ ਹੁਕਮ ਨਾਲ ਕੋ ਬਾਂਡਾ ਇਨਾ ਖੁੱਲਾ ਕਿਉਂ ਇਹਨਾਂ ਦਾ? 14 15 ਕਿਲੋ ਤੇ ਕਿਉਂ ਮੂੰਹ ਪੈਂਦਾ ਨਾ ਮਾਜੇ ਦੇ? ਹਾਂ ਇਹਨਾਂ ਦਾ ਲਾਜ਼ਮੀ ਕਰਨਾ ਚਾਹੀਦਾ। ਹਾਂਜੀ ਠੀਕ ਹੋ ਗਿਆ। ਤੇ ਡਿਮਾਂਡ ਫਾਦਰ ਨੇ ਲੈ ਜੇ ਇੱਥੇ ਜੋਟੀ ਵੀ ਨਾ ਬੈਣ ਉੱਠ ਤੰਗ ਹੋ ਗਈ। ਠੀਕ ਹੋ ਗਿਆ। ਤੇ ਬਾਕੀ ਅਸੀਂ ਪੁਸ਼ਲ ਬੋਵੇਂ ਦਾ ਹੱਥ ਹੀ ਦੇ ਲੈ। ਹਾਂ ਬਿਲਕੁਲ ਦਿਸਦੀ ਵੀ, ਬਾਕੀ ਜੋ ਵੀ ਹਿਸਾਬ ਕਿਤਾਬ ਮਾਸ਼ਾਅੱਲਾ ਜਨਾਬ ਅੱਖਾਂ ਤੁਹਾਡੀਆਂ ਦੇ ਸਾਹਮਣੇ। ਹਾਂਜੀ। ਤੇ ਮੁੱਲ ਕੀ ਜੋਟੀ ਦਾ ਜੀ? ਫਾਈਨਲ ਜਾ ਇੱਕੋ ਗੱਲ ਕਰਨੀ, 4,80,000 ਰੁਪਇਆ। 4,80,000 ਰੁਪਇਆ? ਹਾਂਜੀ। ਹੁਣ ਡਰਾਉਣ ਵਾਲੀ ਗੱਲ ਨਾ ਸਾਨੂੰ ਕਰ, ਕੋ ਫਾਈਨਲ ਜੀ ਗੱਲ ਸੁਣਾਓ ਯਾਰ। ਪਿਆਰ ਹੋ ਤਾਂ ਕਰ ਲਾਂ ਦੇ, ਪਿਆਰ ਹੋ ਤਾਂ ਕਰੋ ਨਾ ਫਾਈਨਲ ਜੀ। 5 ਨਹੀਂ ਕੋ ਫਾਈਨਲ ਜੀ, ਪੱਕੀ ਜੀ ਗੱਲ ਸੁਣਾਓ। 70 ਦੀ ਮੈਂ ਦਿਆਂ ਦੇ ਬਾਈ ਸਾਹਿਬ। 4,70 ਦੀ? 4,70 ਇੱਥੇ ਕੋ ਦੋਸਤ ਮੌਕੇ ਤੇ ਚੱਲ ਤੇ ਆਂਦਾ ਆਪਣੇ ਕੋਲ? ਪਿਆਰ ਹੋ ਤਾਂ ਕਰ ਲਾਂ ਇੱਥੇ ਮੌਕੇ ਤੇ ਆਂਦਾ ਕੋ ਸੀ ਔਰ ਵੀ। ਹਾਂ ਠੀਕ ਹੋ। ਲਓ ਬਾਈ ਜਾਂ ਡਿਮਾਂਡ ਸੀ ਮਾਲਕਾਂ ਦੀ ਸੁਣੀ, 4,80,000 ਰੁਪਏ ਡਿਮਾਂਡ ਜਨਾਬ ਵਿੱਚੋਂ ਪਿਆਰ ਨੂੰ ਤੋਂ ਹੋ ਜਾਏਗਾ 4,70,000 ਰੁਪਏ। ਅਗਰ ਕੋਈ ਦੋਸਤ ਇੱਥੇ ਮੌਕੇ 'ਤੇ ਚੱਲ ਤੇ ਆਉਂਦਾ, ਇੱਥੇ ਮੌਕੇ 'ਤੇ ਆਉਂਦਾ, ਹੋਰ ਵੀ ਕਦਰ ਲਿਆ ਜੋ ਸੀਧਾ। ਅਗਰ ਇਹ ਜੋਟੀ ਕਿਸੇ ਵੀਰ ਭਾਈ ਨੂੰ ਪਸੰਦ ਆਈ, ਸਾਡਾ ਰਾਬਤਾ ਨੰਬਰ ਹੈ ਜੀ 0786855370, 0979573504, ਇਸ ਨੰਬਰ 'ਤੇ ਵਟਸਐਪ ਜਨਾਬ ਬਣੀ ਜੀ। ਇਹਨਾਂ ਕੱਛੇ ਲਾਜਵਾਬ ਦੇ ਨਾਲ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਜ਼ਿਆਦਤ। ਅੱਲਾ ਹਾਫਿਜ਼।